हाँ जी चिकन लिया, मसाला लेना साबत मसाला लिया, ठीक है, मर्चा ने मके हल्दी है, सोया सॉस है, छिलका थोड़ा जहा मैं लिया, काली मिर्च ली है, सुखा धनिया लिया, गर्म मसाला साबुत में लिया, ठीक है, इन्होंने अच्छी तरह मिक्स कर ला है, मेरा अचार है, पा लिया काली मिर्च पा ली, सॉस पा लिया, थोड़ा जहा छिलका पा लिया, खटियाई की वजह तो जरा खट्टा भी होना चाहिए, साबुत मसाला पा अच्छी तरह, ठीक है, अच्छी तरह मैं हूँ इन्होंने जरा मिक्स कर लवा, मिक्स करने तो बाद मैं इन कोई घंटा साढ़े को टाइम तो घंटा भी रख सकते, नहीं तो कोई 10-15 मिनट बाद आना मैं तो पका लेना है, क्यों मैं भुख बहुत ज़्यादा लगी है, बर्दाश्त नहीं हो रही भुख, फटाफट बनावा तो खाव, मिक्स हो गया मसाला जो अच्छी तरह ना मिक्स हो जाएगा, जो हो जाएगा ये फिर जरा जायका भी अच्छा होंगे, जब तक मसाले घंटा दो टाइम हो रात को भी ला के इंसान फिर ये भी रख सकता है, लेकिन मेरे को इन्ना टाइम नहीं है, भुख बहुत ज्यादा लगी, मसला ये देता टक हूँ मैं धोना हाथ हल्दी दाल कड़ गई हथा कलर आ रहे हल्दी का मैं जो थोड़े जे मेरे बर्तन ने मैं इन्होंने भी साफ कर लाव लगते हाथ ना ही धो लाव बर्तन भी अपने साफ हो जाएंगे धो के भाभी सारे बर्तन धो गई है, ये नहीं जरूरी कि जाना धो गए जी, तो जरा भी बर्तन धो लेंगे जो भाजी भी जरूरी करे दूसरा नहीं करे जो भी तिना जानिया मैं मेरे दो बच्चे जो भी हांडी रोटी करती तीन सब तो वही बर्तन धो ले, मैं भी जो देखा मैं उस बंद टाइम जो उठी गया बर्तन थोड़े बहुत पे हम धो के रात में सुनते जो बाद चो एक बजे दो बजे खाते रहे ना, तो फिर वह बर्तन धोन आए होते पे, तो फिर वो वजह कहना फिर उस बस बस उठ नहीं है हाल घोट के बाद चल फिर बर्तन जो धोन आए होंगे धोल भी होंगे फिर आटा खोल लेंगे वह खाते सुबह का नाश्ता बना दी दोपहर का शाम का जो जाती वो अपने पेकिया के कोलो फिर देख जिदबाजी जेड़ा देख लवे ओह काम कर लैंदा सोना मेरे अम्मी मेरे शोहर ने जनपद में अल्लाह ताला ने काम अता फरमाया मैं जिन्ने घर चले गए थे कलकान साहब ने कदम जो आया मैं ना तुहाडे घर विच करा कि नहीं है जो रौनक मैं कहा पटियाला रौनक घर विच तीन जी गए मेरी अम्मी अबू मेरा शोहर ओह रौनक तीन कदम जो आया ना छे महीने का मैं शोहर15 मिनट है तो भुख मैं बहुत ज्यादा पसंद लगी, मैं सोया थोड़ा ज्यादा टाइम नहीं ज्यादा लाया,
ਹੁਣ ਅੱਗੋਂ ਬਣਾਵਾਂਗੇ ਨਾ ਤਾਂ ਰਾਤ ਨੂੰ ਮਸਾਲਾ ਲਾ ਕੇ ਫਰਿੱਜ 'ਚ ਰੱਖ ਦਿਆ ਕਰਾਂਗੇ, ਸੁਬਹਾ ਨੂੰ ਬਣਾਇਆ ਕਰਾਂਗੇ, ਸੁਬਹਾ ਨਹੀਂ ਤਾਂ ਦੁਪਹਿਰ ਨੂੰ। ਦੁਪਹਿਰ ਨੂੰ ਜ਼ਿਆਦਾ ਭੁੱਖ ਲੱਗਦੀ, ਸੁਬਹਾ ਦੇ ਟਾਈਮ 'ਤੇ ਲੱਗਦੀ ਹੁੰਦੀ, ਨਹੀਂ ਕਰਦਾ ਕੁਛ ਹੈ ਖਾਣ ਨੂੰ। ਦੇਖਿਓ ਥੋੜ੍ਹਾ ਜਿਹਾ ਘੀ ਪਾਇਆ, ਜ਼ਿਆਦਾ ਨਹੀਂ ਪਾਉਣਾ ਹੈਗਾ, ਇਸੇ ਇਹਦੇ ਵਿੱਚ ਘੀ ਦੇ ਵਿੱਚ ਨਾ ਅੱਛੀ ਤਰ੍ਹਾਂ ਮਿਕਸ ਕਰਕੇ ਨਾ ਤਲ ਕੇ ਅਤੇ ਪਕਾਉਣਾ ਹੈਗਾ। ਚਟਪਟਾ ਜਿਹਾ ਗੋਸ਼ਤ ਤਾਂ ਚਾਲ ਗੋਸ਼ਤ ਖਾਵਾਂਗੇ, ਨਾਨ ਮੰਗਵਾ ਕੇ ਰੱਖੇ ਨਾਨ ਦੇ ਨਾਲ। ਪਾਣੀ ਵੀ ਨਹੀਂ ਵਿੱਚ ਪਾਉਣਾ ਹੈ, ਕੱਪੜੀ ਪਾਣੀ ਲਾਉਣਾ ਹੀ ਨਹੀਂ ਪਿੱਛੇ, ਬਸ ਇਹਦੇ ਨਾਲ ਇਹਨਾਂ ਘੀ ਦੇ ਵਿੱਚ ਹਲਕੀ ਜਿਹੀ ਲੈਟ ਦੇ ਵਿੱਚ ਬਸ ਫਰਾਈ ਕਰੀ ਜਾਣਾ। ਸਾਈਡ ਬਦਲਾ ਲਾ ਕੇ ਕਈਆਂ ਦੀਆਂ ਨਾਸਾਂ ਦੇ ਵਿੱਚ ਕੁਛ ਹੋਰ ਤੇ ਚਲੀ ਜਾਣੀ, ਕਈਆਂ ਨਹੀਂ ਆਉਣਾ। ਸਭ ਤੋਂ ਪਹਿਲੇ ਤਾਂ ਜਾਨੀ ਨਹੀਂ ਆਉਣਾ, ਜਾਨੀ ਦੀਆਂ ਤਾਂ ਨਾਸਾਂ 'ਚ ਕਤਰੀ ਕੁਛ ਬਹੁਤ ਚੱਲੀ ਜੇ ਕਿਸੇ ਚੀਜ਼ ਉੱਤੋਂ ਦੀ ਆਵਾਜ਼ ਆ। ਭੁੱਕਿਆ ਬਣਾ ਰਹੀ ਹੋ, ਭੁੱਕਿਆ ਬਣਾ ਰਹੀ ਹੋ, ਬਸ ਸਾਡੇ ਮਸਾਲੇ ਤੇਜ਼ ਬੱਚਾ ਹੈਗਾ ਉਹਨੂੰ ਖਾਣੇ ਵੀ ਨਹੀਂ, ਸਿਰਫ ਹੁਣ ਕੁਛ ਬਹੁਤ ਜਾਣੀ ਚਾਹੀਦੀ। ਪਹਿਲੇ ਘਿਓ ਦੇ ਵਿੱਚ ਮਸਾਲੇ ਪਾ ਕੇ ਘੀ ਪਾ ਕੇ ਅੱਛੀ ਤਰ੍ਹਾਂ ਫਰਾਈ ਕਰ ਲਿਆ ਮੈਂ ਗੋਸ਼ਤ, ਅਤੇ ਉਸ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਪਾਇਆ ਪਾਣੀ, ਫਿਰ ਪਾਇਆ ਟਮਾਟਰ, ਪਿਆਜ਼, ਅਦਰਕ, ਲਸਣ ਵਾਲੀ ਮਿਰਚ। ਪਹਿਲੇ ਪਾਣੀ ਨੂੰ ਹਾਂਜੀ ਪਹਿਲੇ ਪਾਣੀ ਨੂੰ ਪਾਉਣਾ ਅੱਛੀ ਤਰ੍ਹਾਂ, ਪਹਿਲੇ ਫਰਾਈ ਕਰਨਾ ਗੋਸ਼ਤ ਨੂੰ ਮਸਾਲਿਆਂ ਲਈ, ਉਸ ਤੋਂ ਬਾਅਦ ਹਲਕਾ ਜਿਹਾ ਪਾਣੀ ਪਾਇਆ, ਫਿਰ ਟਮਾਟਰ, ਅਦਰਕ, ਲਸਣ ਅਤੇ ਮਿਰਚ ਪਾਈ, ਪਿਆਜ਼ ਪਾਇਆ। ਟਮਾਟਰ ਸੀ ਕਿ ਪਿਆਜ਼ ਦੋ, ਤਿੰਨ ਤੋਂ ਚਾਰ ਹਰੀ ਮਿਰਚ ਪਾਈ, ਹਰੀ ਮਿਰਚ ਤਾਂ ਮਹਿੰਗੀ ਬੜੀ, 110 ਰੁਪਏ ਦੀ ਪਾਈਆਂ ਦੀ, ਇੰਨੀਆਂ ਹਰੀਆਂ ਮਿਰਚਾਂ ਨੂੰ ਵੀ ਅੱਗ ਲੱਗ ਗਈ। ਦੂਸਰਾ ਚੀਜ਼ਾਂ ਤਾਂ ਲੱਗੀ ਤੋਂ ਲੱਗੇ, ਹਰੀ ਮਿਰਚ ਵੀ ਬਹੁਤ ਮਹਿੰਗੀ, ਆਹੋ ਜੀ ਗੱਲ ਪਾਵੇ ਕੀ ਫਿਰ, ਸਬਜ਼ੀ ਦੇ ਵਿੱਚ ਹਰੀ ਮਿਰਚ ਨਾ ਹੋਵੇ ਤਾਂ ਜਿਹੜੀ ਵੀ ਘਰ ਦਾ ਸਬਜ਼ੀ ਖਾਣ ਦੀ, ਇੰਨੀ ਮਹਿੰਗੀ ਸਬਜ਼ੀ ਪਾਈਆਂ ਲਿਆਈ ਸਾ ਮਿਰਚਾਂ। ਮੈਂ ਕਿਹਾ ਸਬਜ਼ੀ ਵਾਲਿਆਂ ਦੇ ਨਾਲ ਸਬਜ਼ੀ ਵਾਲਿਆਂ ਦੇ ਨਾਲ ਸਬਜ਼ੀ ਦੇ ਨਾਲ ਨਾ ਹਰੀ ਮਿਰਚ ਨੂੰ ਦੇਣ, 110 ਰੁਪਏ ਦੀ ਪਾਈਆ ਲਿਆ ਕੇ, ਅਤੇ ਚਲੋ ਮੰਡੀ ਦੇ ਵਿੱਚ 90 ਰੁਪਏ ਅਸੀਂ ਪਏ ਪਹਿਲੇ ਦਿੰਦੇ, ਹਰੀ ਮਿਰਚ ਦਾ ਕੋਈ ਜ਼ਾਇਕਾ ਟੇਸਟੀ ਲੱਗਦੀ, ਸਾਡੀ ਸਹੀ ਮਜ਼ੇਦਾਰ ਬਣਦੀ ਹਰੀ ਮਿਰਚ ਨਾਲ। ਲੈਟ ਗਏ ਸਰ, ਮੈਂ ਤਾਂ ਕੁੱਟ ਕੇ ਇਹਦੀਆਂ ਮਿਰਚਾਂ ਪਾਉਂਦੀਆਂ ਸੀ, ਲੈਟ ਹੁੰਦੀ ਜਦੋਂ ਤਿਆਰ ਹੋ ਗਿਆ ਫਿਰ ਮੈਂ ਪਾਵਾਂਗੀ ਚਾਰ। ਲੈ ਲਿਆ ਨਿੰਬੂ, ਇਸ ਤਰ੍ਹਾਂ ਚੋਲ ਲਾਂਗੇ, ਕਰ ਲਾਂਗੇ ਮਿਕਸ। ਮੈਨੂੰ ਤਾਂ ਮੂੰਹ 'ਚ ਪਾਣੀ ਆ ਰਿਹਾ, ਫਟਾਫਟ ਮੈਂ ਜਲਦੀ ਜਲਦੀ ਪੱਕੇ 'ਤੇ ਖਾ ਲਵਾਂ ਤੇਜ਼ੀ ਨਾਲ, ਥੋੜ੍ਹਾ ਜਿਹਾ ਮੈਂ ਹੋਰ ਫਰਾਈ ਕਰ ਲਵਾਂ 'ਚ ਪਾਣੀ। ਹਾਂਜੀ ਕੁਛ ਮੇਰਾ ਪੱਕ ਗਿਆ ਹੈ, ਮੇਰਾ ਅਚਾਰ ਹੈ, ਅਚਾਰ ਕਰ ਦਿਆਂ ਮੈਂ ਵਿੱਚ ਮਿਕਸ, ਅਚਾਰ ਗੋਸ਼ਤ ਹੋ ਗਿਆ ਮੇਰਾ ਤਿਆਰ, ਬਹੁਤ ਜ਼ਬਰਦਸਤ ਬਣਿਆ। ਚਾਰ ਗੋਸ਼ਤ ਮੇਰਾ ਹੋ ਗਿਆ ਤਿਆਰ, ਬਹੁਤ ਜ਼ਬਰਦਸਤ ਮਜ਼ੇਦਾਰ ਬਣਿਆ ਸੀ, ਵੀਡੀਓ ਮੇਰੀ ਅੱਛੀ ਲੱਗਦੀ ਲੈ ਸਬਸਕ੍ਰਾਈਬ ਕਰਿਆ ਕਰੋ, ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ ਕਰੋ, ਕਮੈਂਟ ਵੀ ਦੱਸਿਆ ਕਰੋ ਮੇਰੇ ਅੱਛੀ ਅੱਛੀ। ਠੀਕ ਹੈ ਮੈਂ ਚਾਰ ਗੋਸ਼ਤ ਬਣਾਇਆ ਜੀ, ਚਲੋ ਕਾਫੀ